ਪੰਜਾਬ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ, ਜਿਸ ਨੂੰ ਆਮ ਤੌਰ ਤੇ ਸਿਟਰਸ ਵੀ ਕਿਹਾ ਜਾਂਦਾ ਹੈ। ਇਹਨਾਂ ਫਲਾਂ ਵਿੱਚ ਕਿੰਨੂ, ਸੰਤਰਾ, ਮਾਲਟਾ ਅਤੇ ਨਿੰਬੂ ਆਦਿ ਸ਼ਾਮਲ ਹਨ। ਅੱਜ ਇਸ ਵੀਡੀਓ ਵਿੱਚ ਅਸੀਂ ਨਿੰਬੂ ਦੀ ਖੇਤੀ ਬਾਰੇ ਗੱਲ ਕਰਾਂਗੇ। ਨਿੰਬੂ ਦੇ ਫਲ ਆਮ ਤੌਰ ਤੇ ਘਰਾਂ ਵਿੱਚ ਅਚਾਰ, ਸ਼ਿਕੰਜਵੀ ਅਤੇ ਸਲਾਦ ਲਈ ਵਰਤੇ ਜਾਂਦੇ ਹਨ। ਇਹਨਾਂ ਫਲਾਂ ਦੇ 100 ਗ੍ਰਾਮ ਰਸ ਵਿੱਚ 25 ਤੋਂ 60 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਨਿੰਬੂ ਦੇ ਛਿਲਕੇ ਪੈਕਟਿਨ ਅਤੇ ਖੁਸ਼ਬੂਦਾਰ ਤੇਲਾਂ ਦੇ ਮੁੱਖ ਸਰੋਤ ਹਨ। ਇਹ ਫਸਲ ਗਰਮ ਅਤੇ ਸਿੱਲੇ ਮੌਸਮ ਦੀ ਹੋਣ ਕਰਕੇ ਲੰਬਾ ਸਮਾਂ ਠੰਡ ਨਹੀਂ ਸਹਾਰ ਸਕਦੀ, ਪਰ ਬਹੁਤ ਜ਼ਿਆਦਾ ਤਾਪਮਾਨ ਵੀ ਨਿੰਬੂ ਜਾਤੀ ਦੇ ਫਲਾਂ ਲਈ ਚੰਗਾ ਨਹੀਂ ਹੁੰਦਾ। ਇਸ ਦੀ ਖੇਤੀ ਲਗਭਗ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀਆਂ, ਚੰਗੀਆਂ ਹਵਾਦਾਰ ਜ਼ਮੀਨਾਂ ਜਿਨ੍ਹਾਂ ਵਿੱਚ ਸਖ਼ਤ ਪੱਥਰ ਜਾਂ ਕੈਲਸ਼ੀਅਮ ਕਾਰਬੋਨੇਟ ਨਾ ਹੋਣ ਉਹਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਲਈ ਖਾਰੀਆਂ ਅਤੇ ਕੱਲੜ ਜ਼ਮੀਨਾਂ ਵਧੀਆ ਨਹੀਂ ਹੁੰਦੀਆਂ। ਕਾਗਜ਼ੀ, ਦੇਸੀ, ਪੰਜਾਬ ਬਾਰਾਮਾਸੀ ਆਦਿ ਇਸ ਦੀਆਂ ਪ੍ਰਸਿੱਧ ਕਿਸਮਾਂ ਹਨ। ਇਹਨਾਂ ਦਾ ਔਸਤਨ ਝਾੜ 80 ਤੋਂ 90 ਕਿਲੋ ਪ੍ਰਤੀ ਪੌਦਾ ਹੁੰਦਾ ਹੈ। ਵਧੀਆ ਕਿਸਮ ਦੇ ਪੌਦਿਆਂ ਦੀ ਤਿਆਰੀ ਲਈ ਅਗਸਤ ਸਤੰਬਰ ਮਹੀਨੇ ਵਿੱਚ ਜੱਟੀ ਖੱਟੀ ਅਤੇ ਕੈਲੀਓਪਟੈਰਾ ਦੇ ਬੀਜ ਫਰਵਰੀ ਦੇ ਪਹਿਲੇ ਹਫ਼ਤੇ ਬੀਜਣੇ ਚਾਹੀਦੇ ਹਨ। ਨਿੰਬੂ ਦੀ ਫਸਲ ਲਈ ਜੱਟੀ ਖੱਟੀ ਜੜ੍ਹ ਮੁੱਢ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਬੂ ਦੇ ਬੀਜਾਂ ਨੂੰ ਫਲਾਂ 'ਚੋਂ ਕੱਢਣ ਤੋਂ ਤੁਰੰਤ ਬਾਅਦ ਨਰਸਰੀ ਵਿੱਚ ਬੀਜ ਦੇਣਾ ਚਾਹੀਦਾ ਹੈ, ਕਿਉਂਕਿ ਫਲਾਂ ਦੀ ਉੱਗਣ ਸ਼ਕਤੀ ਛੇਤੀ ਘੱਟ ਜਾਂਦੀ ਹੈ। 2x1 ਮੀਟਰ ਦੀਆਂ ਉੱਭਰਵੀਆਂ ਕਿਆਰੀਆਂ ਵਿੱਚ 15 ਸੈਂਟੀਮੀਟਰ ਦੇ ਫਾਸਲੇ 'ਤੇ ਕਤਾਰਾਂ ਵਿੱਚ ਬੀਜੋ। ਬੀਜ ਦੀ ਡੂੰਘਾਈ 2.5 ਸੈਂਟੀਮੀਟਰ ਤੋਂ ਡੂੰਘੀ ਨਹੀਂ ਹੋਣੀ ਚਾਹੀਦੀ। ਜੱਟੀ ਖੱਟੀ ਦਾ ਬੀਜ ਤੇਜ਼ ਵਿਕਾਸ ਵਾਲੇ ਅਤੇ ਸਿਹਤਮੰਦ ਪੌਦਿਆਂ ਤੋਂ ਲਓ। ਪਨੀਰੀ ਨੂੰ 1 ਮਹੀਨੇ ਦੇ ਫਾਸਲੇ ਤੇ 1.5% ਯੂਰੀਆ 15 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇ ਕਰਨ ਨਾਲ ਨਿੰਬੂ ਦੇ ਬੂਟੇ ਜਲਦੀ ਤਿਆਰ ਹੁੰਦੇ ਹਨ। ਜਦੋਂ ਜੜ੍ਹ ਮੁੱਢ ਦੇ ਪੌਦੇ ਪੈਨਸਿਲ ਆਕਾਰ ਦੇ ਹੋ ਜਾਂਦੇ ਹਨ ਤਾਂ ਨਰਸਰੀ ਵਿੱਚ ਅੱਖ ਚੜ੍ਹਾਉਣ ਦਾ ਕੰਮ ਕੀਤਾ ਜਾਂਦਾ ਹੈ। ਜ਼ਮੀਨ ਤੋਂ 15 ਤੋਂ 20 ਸੈਂਟੀਮੀਟਰ ਦੀ ਉਚਾਈ ਤੇ ਪੌਦੇ ਨੂੰ ਟੀ ਆਕਾਰ ਦੇ ਚੀਰੇ ਦਿੱਤੇ ਜਾਂਦੇ ਹਨ। ਫਿਰ ਚੀਰੇ ਵਾਲੀ ਜਗ੍ਹਾ ਤੇ ਟਾਹਣੀ ਨੂੰ ਲਗਾ ਕੇ ਪਲਾਸਟਿਕ ਦੀ ਪੱਟੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਇਸ ਦੇ ਬੂਟੇ ਹਵਾਈ ਦਾਬ ਜਾਂ ਅੱਧੀ ਪੱਕੀ ਕਲਮ ਰਾਹੀਂ ਤਿਆਰ ਕੀਤੇ ਜਾ ਸਕਦੇ ਹਨ। ਕਲਮਾਂ ਨੂੰ ਫਰਵਰੀ ਜਾਂ ਸਤੰਬਰ ਮਹੀਨੇ ਵਿੱਚ ਚੰਗੀ ਤਰ੍ਹਾਂ ਤਿਆਰ ਕੀਤੀਆਂ ਕਿਆਰੀਆਂ ਜਾਂ 5x7 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਲਾ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਨਿੰਬੂ ਦੀ ਬਿਜਾਈ ਬਸੰਤ ਅਤੇ ਵਰਖਾ ਰੁੱਤ ਵਿੱਚ ਹੁੰਦੀ ਹੈ। ਬਸੰਤ ਰੁੱਤ ਲਈ 15 ਫਰਵਰੀ ਤੋਂ 15 ਮਾਰਚ ਤੱਕ, ਜਦਕਿ ਵਰਖਾ ਰੁੱਤ ਲਈ ਅੱਧ ਅਗਸਤ ਤੋਂ ਅੱਧ ਅਕਤੂਬਰ ਤੱਕ ਬਿਜਾਈ ਕੀਤੀ ਜਾਂਦੀ ਹੈ। ਇਸ ਫਸਲ ਦੀ ਕਾਂਟ ਛਾਂਟ ਤੇਜ਼ ਵਧਦੇ ਸਮੇਂ ਨਹੀਂ ਕਰਨੀ ਚਾਹੀਦੀ। ਪੌਦਿਆਂ ਦੀ ਕਾਂਟ ਛਾਂਟ ਫਲਾਂ ਦੀ ਤੁੜਾਈ ਤੋਂ ਬਾਅਦ ਕਰਨੀ ਚਾਹੀਦੀ ਹੈ। ਇਸ ਕਮੀ ਨਾਲ ਪੂਰੇ ਵਧੇ ਹੋਏ ਪੱਤਿਆਂ ਤੇ ਰੰਗ ਬਿਰੰਗੇ ਧੱਬੇ ਪੈ ਜਾਂਦੇ ਹਨ। ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਪ੍ਰਭਾਵਿਤ ਪੌਦਿਆਂ ਤੇ ਜ਼ਿੰਕ ਸਲਫੇਟ 4.70 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਨਵੇਂ ਲਗਾਏ ਪੌਦਿਆਂ ਨੂੰ 3 ਤੋਂ 4 ਸਾਲਾਂ ਤੱਕ ਹਰ ਹਫ਼ਤੇ ਅਤੇ ਪੁਰਾਣੇ ਪੌਦਿਆਂ ਨੂੰ 2 ਤੋਂ 3 ਹਫ਼ਤਿਆਂ ਬਾਅਦ ਮੌਸਮ, ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਲਾਓ। ਫਰਵਰੀ ਵਿੱਚ ਕਰੁੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਜ਼ਰੂਰ ਕਰੋ। ਜਦੋਂ ਪੌਦਿਆਂ ਨੂੰ ਫਲ ਲੱਗਦਾ ਹੈ ਤਾਂ ਉਸ ਸਮੇਂ ਬਾਗ ਵਿੱਚ ਹੋਰ ਫਸਲਾਂ ਦੀ ਖੇਤੀ ਨਾ ਕਰੋ।
ਮਾਰਚ ਦੇ ਦੂਜੇ ਪੰਦਰਵਾੜੇ ਨਦੀਨ ਉੱਗਣ ਤੋਂ ਬਾਅਦ ਗਲਾਈਫੋਸੇਟ 1.6 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਇਸ ਫਸਲ ਦੇ ਮੁੱਖ ਕੀੜੇ ਸਿੱਲਾ, ਸੁਰੰਗੀ ਕੀੜਾ, ਚਿੱਟੀ ਅਤੇ ਕਾਲੀ ਮੱਖੀ, ਪੱਤਾ ਲਪੇਟ ਸੁੰਡੀ, ਸੱਕ ਖਾਣ ਵਾਲੇ ਸੁੰਡ ਆਦਿ ਹਨ। ਸੁਰੰਗੀ ਕੀੜੇ ਦੀ ਰੋਕਥਾਮ ਲਈ 60 ਮਿਲੀਲੀਟਰ ਇਮੀਡਾ ਕਲੋਪਰਿਡ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਪਾਓ। ਚਿੱਟੀ ਅਤੇ ਕਾਲੀ ਮੱਖੀ ਦੀ ਰੋਕਥਾਮ ਲਈ 300 ਮਿਲੀਲੀਟਰ ਟ੍ਰਾਈਜ਼ੋਫੋਸ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਪੱਤਾ ਲਪੇਟ ਸੁੰਡੀ ਅਤੇ ਸੱਕ ਖਾਣ ਵਾਲੇ ਸੁੰਡ ਦੀ ਰੋਕਥਾਮ ਲਈ 300 ਮਿਲੀਲੀਟਰ ਕੁਇਨਲ ਫੋਸ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਫਸਲ ਤੇ ਸਕੈਬ ਰੋਗ, ਟਾਹਣੀਆਂ ਦਾ ਰੋਗ, ਤਨਾ ਅਤੇ ਫਲ ਗਲਣ, ਉੱਲੀ ਰੋਗ, ਗ੍ਰੀਨਿੰਗ ਆਦਿ ਬਿਮਾਰੀਆਂ ਹਮਲਾ ਕਰਦੀਆਂ ਹਨ। ਇਹਨਾਂ ਦੀ ਰੋਕਥਾਮ ਲਈ ਬੋਰਡੋ ਮਿਸ਼ਰਣ ਦੀ ਸਪਰੇਅ ਕਰੋ। ਜਦੋਂ ਫਲ ਸਹੀ ਆਕਾਰ ਅਤੇ ਆਕਰਸ਼ਿਤ ਰੰਗ ਦੇ ਹੋ ਜਾਣ ਤਾਂ ਤੁੜਾਈ ਕਰਨੀ ਚਾਹੀਦੀ ਹੈ। ਫਲਾਂ ਨੂੰ ਕਦੇ ਵੀ ਟਾਹਣੀ ਤੋਂ ਖਿੱਚ ਕੇ ਨਾ ਤੋੜੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤਨੇ ਦੀ ਛਿੱਲ ਲੈ ਜਾਂਦੀ ਹੈ। ਇਸ ਲਈ ਤੁੜਾਈ ਹਮੇਸ਼ਾ ਕਲਿੱਪਰ ਨਾਲ ਕਰੋ। ਤੁੜਾਈ ਤੋਂ ਬਾਅਦ ਫਲਾਂ ਦੀ ਚੰਗੀ ਤਰ੍ਹਾਂ ਸਫਾਈ ਅਤੇ ਗ੍ਰੇਡਿੰਗ ਕਰੋ। ਡੱਬਿਆਂ ਨੂੰ 3 ਤੋਂ 4 ਤਹਾਂ ਲਾ ਕੇ ਪੈਕ ਕਰੋ ਤਾਂ ਜੋ ਫਲਾਂ ਨੂੰ ਫਿਸਣ ਤੋਂ ਬਚਾਇਆ ਜਾ ਸਕੇ। ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਲਾਈਕ, ਕਮੈਂਟ ਅਤੇ ਸ਼ੇਅਰ ਵੀ ਕਰ ਸਕਦੇ ਹੋ। ਹੋਰ ਵੀਡੀਓ ਦੇਖਣ ਲਈ ਆਪਣੀ ਖੇਤੀ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ।